ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਮੈਂ ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ ਇੱਕ ਦਫ਼ਾ ਫਿਰ ਅੱਜ ਅਸੀਂ ਗੱਲ ਕਰਾਂਗੇ ਸਾਊਥ ਈਸਟ ਏਸ਼ੀਆ ਕੰਟਰੀ ਆ ਸਿੰਗਾਪੁਰ, ਉਹਦੇ ਬਾਰੇ। ਵੀਡੀਓ ਮੈਂ ਮੁਖਸਰ ਬਣਾਊਂਗਾ, ਪਲੀਜ਼ ਐਂਡ ਤੱਕ ਦੇਖਿਓ। ਅਗਰ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਤਾਂ ਕਮੈਂਟ ਕਰਨਾ, ਤਾਂ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ। ਨਵੇਂ ਆਉਣ ਵਾਲੇ ਦੋਸਤਾਂ ਨੂੰ ਵੈਲਕਮ, ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਥੈਂਕ ਯੂ ਸੋ ਵੈਰੀ ਮੱਚ। ਚਲੋ ਜੀ, ਅੱਜ ਅਸੀਂ ਟੋਪਿਕ ਦੀ ਆਪਣੇ ਟੋਪਿਕ ਦੀ ਤਰਫ ਚੱਲਦੇ ਹਾਂ। ਅੱਜ ਅਸੀਂ ਗੱਲ ਕਰਾਂਗੇ ਸਿੰਗਾਪੁਰ ਦੇ ਮੁਤਲਕ। ਸਿੰਗਾਪੁਰ ਉਹਦੀ ਪਾਪੂਲੇਸ਼ਨ ਤਕਰੀਬਨ ਹੋਣੀ ਆ 6 ਮਿਲੀਅਨ, 60 ਲੱਖ ਦੇ ਕਰੀਬ। ਛੋਟਾ ਜਿਹਾ ਕੰਟਰੀ ਆ, ਤਾਂ ਬਹੁਤ ਖੂਬਸੂਰਤ ਆ, ਮਾਡਰਨ ਟਾਈਪ ਦਾ ਵਾ ਅਤੇ ਥੋੜ੍ਹਾ ਐਕਸਪੈਂਸਿਵ ਆ। ਅਗਰ ਤੁਸੀਂ ਕੰਪੇਅਰ ਕਰਦੇ ਨਾ ਉਸ ਪੱਟੀ ਨੂੰ ਮਲੇਸ਼ੀਆ, ਥਾਈਲੈਂਡ, ਕੰਬੋਡੀਆ, ਵੀਟਨਾਮ, ਉਹਨਾਂ ਨਾਲੋਂ ਇਹ ਐਕਸਪੈਂਸਿਵ ਆ, ਮਲੇਸ਼ੀਆ ਨਾਲੋਂ ਵੀ ਐਕਸਪੈਂਸਿਵ ਆ, ਤੁਸੀਂ ਇਸ ਤਰ੍ਹਾਂ ਕਹਿ ਲਓ। ਅਤੇ ਜਿਹੜੇ ਵਿਜ਼ਿਟਰ ਉੱਥੇ ਜਾਣਾ ਚਾਹੁੰਦੇ ਆ ਉਹਦੇ ਵਾਸਤੇ ਇੱਕ ਡਾਕੂਮੈਂਟ ਜ਼ਰੂਰੀ ਹੁੰਦਾ ਵਾ, ਜਿਹਨੂੰ ਅਸੀਂ ਸਾਦੀ ਲਫ਼ਜ਼ਾਂ 'ਚ ਕਹੀਦਾ ਵਾ ਸਪੋਂਸਰ ਲੈਟਰ ਜਾਂ ਇਨਵੀਟੇਸ਼ਨ। ਉਹਦਾ ਨੇਮ ਹੁੰਦਾ ਵਾ ਲੈਟਰ ਆਫ ਇੰਟਰੋਡਕਸ਼ਨ, ਉਹ ਤੁਹਾਡੀ ਨਸੈਸਰੀ ਆ। ਅਗਰ ਤੁਹਾਡੇ ਕੋਲ ਹੈ ਵਾ ਤਾਂ ਤੁਹਾਨੂੰ ਮੈਂ ਡਾਕੂਮੈਂਟਸ ਦੱਸ ਦਿੰਦਾ ਤੁਹਾਨੂੰ ਕਿਹੜੇ ਕਿਹੜੇ ਚਾਹੀਦੇ ਆ। ਅਗਰ ਨਹੀਂ ਹੈ ਉਹਦਾ ਮੈਂ ਤੁਹਾਨੂੰ ਮੁਤਬਾਦਲ ਵੀ ਦੱਸ ਦਿੰਦਾ ਵਾ ਜੀ। ਡਾਕੂਮੈਂਟਸ ਉਹਦੇ ਵਾਸਤੇ ਚਾਹੀਦੇ ਹੁੰਦੇ ਆ, ਆਈਡੀ ਕਾਰਡ ਚਾਹੀਦਾ ਵਾ, ਤਾਂ ਫਿਰ ਉਹ ਜਿਹੜਾ ਤੁਹਾਨੂੰ ਮੈਂ ਲੈਟਰ ਦੱਸਿਆ ਲੈਟਰ ਆਫ ਇੰਟਰੋਡਕਸ਼ਨ ਜਿਹੜਾ ਵਾ। ਅਤੇ ਅਗਰ ਤੁਸੀਂ ਜੋਬ ਕਰਦੇ ਆ, ਨੋ ਓਬਜੈਕਸ਼ਨ ਸਰਟੀਫਿਕੇਟ ਚਾਹੀਦਾ ਤੁਹਾਡੀ ਕੰਪਨੀ ਵੱਲੋਂ। ਅਗਰ ਤੁਸੀਂ ਬਿਜ਼ਨਸਮੈਨ ਹੋ ਤਾਂ ਤੁਹਾਨੂੰ ਡਾਕੂਮੈਂਟਸ ਚਾਹੀਦੇ ਆ, ਇੱਕ ਵੀਜ਼ਾ ਰਿਕੁਐਸਟ ਲੈਟਰ ਜਿਹੜਾ ਵਾ ਨਾ, ਵੀਜ਼ਾ ਰਿਕੁਐਸਟ ਉਹ ਤੁਹਾਡੇ ਲੈਟਰ ਪੈਡ ਦੇ ਉੱਤੇ ਹੋਣਾ ਚਾਹੀਦਾ ਵਾ, ਉਹ ਹੋਣਾ ਚਾਹੀਦਾ, ਪਾਸਪੋਰਟ ਦੀ ਕਾਪੀ ਅਤੇ ਇਹ ਪਿਕਚਰ ਚਾਹੀਦੀ ਆ। ਇਹ ਚੀਜ਼ਾਂ ਅਗਰ ਤੁਹਾਡੇ ਕੋਲ ਲੈਟਰ ਆਫ ਇੰਟਰੋਡਕਸ਼ਨ ਹੈ ਵਾ ਤਾਂ, ਅਗਰ ਨਹੀਂ ਹੈ ਇਹਦਾ ਬਹੁਤ ਆਸਾਨ ਹੱਲ ਆ। ਪਾਕਿਸਤਾਨ ਤਾਂ ਇੰਡੀਆ ਦੇ ਵਿੱਚ ਇਹਦਾ ਵੀਜ਼ਾ ਥੋੜ੍ਹਾ ਜਿਹਾ ਈਜ਼ੀ ਹੈ, ਕਿਉਂਕਿ ਈ ਵੀਜ਼ਾ ਵਾ ਤੁਸੀਂ ਆਪ ਕਰ ਸਕਦੇ ਹਾਂ, ਜਾਂ ਤੁਸੀਂ ਕਿਸੇ ਵੀ ਟਰੈਵਲ ਏਜੰਟ ਜਿਹੜੇ ਹੁੰਦੇ, ਟਰੈਵਲ ਏਜੰਸੀਆਂ ਵਾਲੇ ਜਿਹੜੇ ਤੁਹਾਨੂੰ ਆ ਬਣਾ ਕੇ ਦਿੰਦੇ ਆ, ਗਰੁੱਪ ਪੈਕੇਜਿਸ ਟੂਰਿਸਟ ਵਿਜ਼ਿਟ ਦੇ ਬਣਾ ਕੇ ਦਿੰਦੇ ਆ, ਤੁਸੀਂ ਉਹਨਾਂ ਦੇ ਕੋਲੋਂ ਇਹ ਬਹੁਤ ਈਜ਼ੀਲੀ ਲੈ ਸਕਦੇ ਆ। 10,000 ਵੀ ਕੋਈ ਲੈ ਸਕਦਾ ਪਾਕਿਸਤਾਨੀ ਰੂਪੀਜ਼, 15,000 ਵੀ ਲੈਂਦੇ ਆ, ਜਿਸ ਤਰ੍ਹਾਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਹੋਵੇ ਉਸ ਤਰ੍ਹਾਂ। ਅਗਰ ਤੁਸੀਂ ਮਤਲਬ ਤੁਹਾਡੇ ਕੋਲ ਅਗਰ ਲੈਟਰ ਨਹੀਂ ਆ, ਤੁਸੀਂ ਉਹਨਾਂ ਕੋਲ ਈਜ਼ੀਲੀ ਇਹ ਲੈ ਸਕਦੇ ਆ। ਉੱਥੇ ਜੀ ਡੋਲਰ ਚੱਲਦਾ ਵਾ, ਸਿੰਗਾਪੁਰ ਡੋਲਰ ਜਿਹੜਾ ਵਾ, ਅਤੇ ਉਹਦੀ ਇਕਨੋਮੀ ਬੜੀ ਅੱਛੀ ਆ, ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਆ, ਵੈਰੀ ਬਿਊਟੀਫੁਲ ਕੰਟਰੀ ਆ। ਅੱਛਾ, ਕੁਛ ਹੁਣ ਮੈਂ ਜਿਹੜੀ ਗੱਲ ਕਰਨਾ ਪਿਆ ਨਾ ਸੀਗਾ ਨਾ, ਇਹਨਾਂ ਨੇ ਯੂਟਿਊਬ ਦੇ ਉੱਤੇ ਬੜੇ ਬੜੇ ਵੱਡੇ ਚੈਨਲ ਵਾਲਿਆਂ ਨੇ, ਤੁਸੀਂ ਕਦੀ ਥੋੜ੍ਹਾ ਜਿਹਾ ਨਾ ਤਰੱਦਦ ਕਰਕੇ ਦੇਖੋ ਵੀ, ਇਹਨਾਂ ਦੀ ਜਿਹੜੀ ਓਫੀਸ਼ੀਅਲ ਵੈਬਸਾਈਟ ਹੈ ਨਾ, ਤੁਸੀਂ ਜਾ ਕੇ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਜਿਹੜੀ ਤੁਹਾਨੂੰ ਮੈਂ ਗੱਲ ਹੁਣ ਦੱਸਣ ਲੱਗਾ। ਉਹ ਕਹਿੰਦੇ ਕਿ ਅਗਰ ਕੋਈ ਟੂਰਿਸਟ ਬੰਦਾ ਉੱਥੇ ਜਾਂਦਾ ਨਾ, ਅਤੇ ਉਹ ਜਿਹੜਾ ਹੋਲੀਡੇ ਪਾਸ ਵੇ ਹੁੰਦਾ ਵਾ ਉਹਨਾਂ ਦਾ, ਵਰਕ ਹੋਲੀਡੇ ਪਾਸ, ਉਹ ਤੁਸੀਂ ਬੜੇ ਈਜ਼ੀ ਲੈ ਸਕਦੇ ਆ, $3,000 to $3,500 ਜਿਹੜੀ ਸਿੰਗਾਪੁਰ ਦਾ ਤੁਹਾਨੂੰ ਤਨਖਾਹ ਲੱਭੇਗੀ। ਕੋਈ ਪਾਕਿਸਤਾਨੀ ਆ, ਇੰਡੀਅਨ ਆ, ਬੰਗਲਾਦੇਸ਼ੀ ਆ, ਇਸ ਤਰ੍ਹਾਂ ਨਹੀਂ ਆ। ਹਾਂ, ਉਹ ਪਾਕਿਸਤਾਨੀ, ਇੰਡੀਅਨ ਜਾਂ ਬੰਗਲਾਦੇਸ਼ ਆ ਜਿਹੜੇ ਆਪਣੀ ਡਿਗਰੀ ਖਤਮ ਕਰਕੇ ਆਇਆ ਯੂਰਪ ਦੀ ਕੰਟਰੀਆਂ ਦੇ ਵਿੱਚੋਂ, ਉਹ ਲੈ ਸਕਦੇ। ਉਹਨਾਂ ਨੇ ਇੱਥੇ ਕੀ ਲੈਣ ਆਉਣਾ, ਇੱਕ ਚੀਜ਼। ਦੂਸਰੀ, ਜਾਂ ਯੂਰਪੀਅਨ ਕੰਟਰੀਆਂ ਦੇ ਜਿਹੜੇ ਸਟੂਡੈਂਟ ਆ ਉਹ ਜਾ ਕੇ ਉੱਥੇ ਜਿਹੜਾ ਹੁੰਦਾ ਵਾ ਵਰਕ ਹੋਲੀਡੇ ਪਾਸ, ਉਹ ਅਵੇਲ ਕਰ ਸਕਦੇ ਆ। ਉਹ ਤੁਸੀਂ ਮੈਂ ਜਿਹੜੇ ਸਾਦੇ ਲੋਕ ਹਾਂ ਅਸੀਂ ਪਾਕਿਸਤਾਨ ਜਾਂ ਇੰਡੀਆ 'ਚ ਰਹਿਣ ਵਾਲੇ, ਉਹਨਾਂ ਨੂੰ ਇਹ ਸਹੂਲਤ ਨਹੀਂ ਆ। ਅਤੇ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਦੇਖੋ ਨਾ, ਵਰਕ ਹੋਲੀਡੇ ਪਾਸ ਜਿਹੜਾ ਵਾ
ਉਹ ਸਰਟਨ ਲੋਕਾਂ ਵਾਸਤੇ ਆ, ਸਾਰਿਆਂ ਵਾਸਤੇ ਨਹੀਂ ਆ। ਅਤੇ ਯੂਟਿਊਬਰ ਤਾਂ ਕਹਿ ਰਹੇ ਆ ਕਿ ਜੀ ਇਸ ਤਰ੍ਹਾਂ ਵਾ ਅਤੇ ਯੇ ਅਤੇ ਉਹ, ਇਸ ਤਰ੍ਹਾਂ ਦੀ ਬਿਲਕੁਲ ਕੋਈ ਚੱਕਰ ਨਹੀਂ ਗਾ, ਅਤੇ ਅਵੇਅਰ ਰਹੋ, ਤੁਸੀਂ ਥੋੜ੍ਹਾ ਜਿਹਾ ਤਰੱਦਦ ਕਰੋ। ਅੱਛਾ, ਦੂਸਰੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਸੀਗਾ ਕਿ ਜਿਨ੍ਹਾਂ ਦੋਸਤਾਂ ਨੇ ਟਰੈਵਲ ਹਿਸਟਰੀ ਬਣਾਉਣੀ ਆ, ਕਿਉਂਕਿ 2024 ਦੇ ਵਿੱਚ ਇਹਨਾਂ ਨੇ ਸਟੈਂਪ ਇਨ ਆਊਟ ਦੀ ਵੀ ਬੰਦ ਕਰਤੀ, ਈ ਵੀਜ਼ਾ, ਬਸ ਸਿੰਗਾਪੁਰ ਦੀ ਮੈਂ ਗੱਲ ਕਰ ਰਿਹਾ। ਅੱਛਾ, ਅਗਰ ਤੁਸੀਂ ਮਤਲਬ ਟਰੈਵਲ ਹਿਸਟਰੀ ਬਣਾਉਣਾ ਚਾਹੁੰਦੇ ਆ, ਫਰਦੇ ਵਾਹਦ ਇਕੱਲਾ ਬੰਦਾ ਵਾ ਜਾਂ ਤੁਸੀਂ ਗਰੁੱਪ ਦੀ ਸ਼ਕਲ, ਗਰੁੱਪ ਦੀ ਸ਼ਕਲ ਦੇ ਵਿੱਚ ਇਸ ਤਰ੍ਹਾਂ ਹੋਊਗਾ 3 ਜਾਂ 4 ਬੰਦੇ ਆ ਜਾਂ 3 ਬੰਦੇ ਆ, ਈਵਨ ਦੋ ਕਿ 2 ਵੀ ਆ, ਤੁਹਾਡਾ ਜਿਹੜਾ ਨਾ ਐਕਸਪੈਂਸ ਉਹ ਡਿਵਾਈਡ ਹੋ ਜਾਣਗੇ। ਉਹਦਾ ਤਰੀਕਾ ਇਸ ਤਰ੍ਹਾਂ ਹੁੰਦਾ ਵਾ ਕਿ ਤੁਸੀਂ ਇਹ ਸਿੰਗਾਪੁਰ ਤੋਂ ਸ਼ੁਰੂ ਕਰ ਲਓ ਜਾਂ ਵੀਅਤਨਾਮ ਤੋਂ, ਵੀਅਤਨਾਮ ਤੋਂ ਕੰਬੋਡੀਆ, ਕੰਬੋਡੀਆ ਟੂ ਥਾਈਲੈਂਡ, ਥਾਈਲੈਂਡ ਟੂ ਮਲੇਸ਼ੀਆ, ਕਿਉਂਕਿ ਅੱਛਾ ਮੈਂ ਮਲੇਸ਼ੀਆ ਦੇ ਬਾਰੇ ਵੀ ਦੱਸਦਾ, ਮਲੇਸ਼ੀਆ ਤੋਂ ਸਿੰਗਾਪੁਰ, ਸਿੰਗਾਪੁਰ ਤੋਂ ਤੁਸੀਂ ਆਪਣੇ ਕੰਟਰੀ ਦੀ ਫਲਾਈਟ ਲਓ ਅਤੇ ਵਾਪਸ ਆ ਜਾਓ। ਇਹ ਟੂਰਿਸਟ ਜਿਹੜਾ ਵਾ ਨਾ, ਇਹ ਤੁਹਾਡੀ ਟਰੈਵਲ ਹਿਸਟਰੀ ਬਣਾਉਣ ਵਾਸਤੇ ਬਹੁਤ ਜ਼ਬਰਦਸਤ, ਇਹ ਜਿਹੜੇ ਕੰਟਰੀਜ਼ ਆ, ਇਹ ਪੱਟੀ ਪੂਰੀ ਜਿਹੜੀ ਆ ਬਹੁਤ ਬਿਹਤਰੀਨ ਆ। ਇਹਨਾਂ ਦੇ ਵਿੱਚੋਂ ਥਾਈਲੈਂਡ ਵੀ ਸਟੀਕਰ ਵੀਜ਼ਾ ਦਿੰਦਾ ਵਾ, ਅਤੇ ਆਈ ਬਿਲੀਵ ਕਿ ਕੰਬੋਡੀਆ ਵੀ ਸਟੀਕਰ ਵੀਜ਼ਾ ਦੇ ਰਿਹਾ ਪਾਕਿਸਤਾਨ ਤੇ ਇੰਡੀਆ ਨੂੰ। ਇਹ ਟਰੈਵਲ ਹਿਸਟਰੀ ਵਾਸਤੇ ਦੀ ਬੈਸਟ ਆ। ਅੱਛਾ, ਜਿਹੜੇ ਦੋਸਤ ਮਲੇਸ਼ੀਆ ਦਾ, ਮਲੇਸ਼ੀਆ ਦਾ ਵੀਜ਼ਾ ਵੀ ਪਾਕਿਸਤਾਨ ਇੰਡੀਆ 'ਚੋਂ ਬਹੁਤ ਈਜ਼ੀ ਲੱਭ ਜਾਂਦਾ, ਮੈਂ ਤੁਹਾਨੂੰ ਇੱਕ ਟਿਪ ਦੇਣ ਲੱਗਾ ਵਾਂ, ਤੁਸੀਂ ਜਿਤਨੀ ਦੇਰ ਦਾ ਉੱਥੇ ਸਟੇਅ ਕਰਨਾ ਮਲੇਸ਼ੀਆ ਦਾ, ਤੁਹਾਡਾ ਹੋਟਲ ਕਨਫਰਮੇਸ਼ਨ ਹੋਣੀ ਚਾਹੀਦੀ ਆ, ਸ਼ੋ ਮਨੀ ਤੁਹਾਡੇ ਕੋਲ ਹੋਣੀ ਚਾਹੀਦੀ ਆ, 2-4 ਤੁਹਾਨੂੰ ਵਰਡ ਵੀ ਆਉਣੇ ਚਾਹੀਦੇ ਆ ਇੰਗਲਿਸ਼ ਦੇ, ਠੀਕ ਆ। ਕਿਉਂਕਿ ਸਮ ਟਾਈਮ ਮਲੇਸ਼ੀਆ ਨੇ ਹੁਣ ਸਪੈਸ਼ਲੀ ਪਾਕਿਸਤਾਨੀ ਇੰਡੀਅਨ ਵਾਸਤੇ ਨਾ ਥੋੜ੍ਹਾ ਜਿਹਾ ਸਟ੍ਰਾਈਕ ਕੀਤਾ ਵਾ, ਉਹ ਐਂਟਰੀ ਨਹੀਂ ਦਿੰਦੇ ਸਮ ਟਾਈਮ, ਸਾਰਿਆਂ ਨੂੰ ਨਹੀਂ ਰੋਕਦੇ, ਲੇਕਿਨ ਜਿਹਦੇ ਉੱਤੇ ਉਹਨਾਂ ਨੂੰ ਡਾਊਟ ਹੋ ਜਾਵੇ ਉਹਨਾਂ ਨੂੰ ਰੋਕ ਕੇ ਕੁਐਸਚਨਿੰਗ ਕਰਦੇ ਆ, ਉਹਨਾਂ ਦੀ ਤੁਸੀਂ ਪਰੂਫ ਯਾਨੀ ਕਿ ਛੜੇ ਚੈੱਕ ਕਰਦੇ ਆ। ਮਤਲਬ ਅਗਰ ਤੁਸੀਂ 2 ਦਿਨ ਸਟੇਅ ਕਰਨਾ ਵਾ ਮਲੇਸ਼ੀਆ, ਤੁਹਾਡਾ 2 ਦਿਨ ਦੀ ਤੁਹਾਡੇ ਕੋਲ ਹੋਟਲ ਕਨਫਰਮੇਸ਼ਨ ਹੋਣੀ ਚਾਹੀਦੀ ਆ, ਠੀਕ ਆ। ਤਕਰੀਬਨ 50 to 70 ਡਾਲਰਸ ਤੁਹਾਡੇ ਕੋਲ ਸ਼ੋ ਮਨੀ ਹੋਣੀ ਚਾਹੀਦੀ ਹੈ ਪਰ ਡੇ। ਅੱਛਾ, ਮੈਂ ਗੱਲ ਕਰ ਰਿਹਾ ਸੀ ਵੀਅਤਨਾਮ ਤੋਂ, ਤੁਸੀਂ ਇੱਕ ਇੱਕ ਦਿਨ ਦਾ ਤੁਸੀਂ ਸਟੇਅ ਪਾਓ ਉਹਨਾਂ ਦੇ ਵਿੱਚ, ਅਤੇ ਬਾਏ ਬੱਸ ਤੁਸੀਂ ਸਿੰਗਾਪੁਰ ਆਣ ਕੇ ਉੱਥੋਂ ਸਿੰਗਾਪੁਰ ਅਤੇ ਮਲੇਸ਼ੀਆ ਦੋ ਦੋ ਦਿਨ ਲੈ ਲਓ, 8 ਦਿਨ ਦਾ ਤਕਰੀਬਨ ਟ੍ਰਿਪ ਬਣਦਾ ਵਾ, ਅਤੇ ਇਹ ਬੜਾ ਬਿਹਤਰੀਨ ਪੈਕੇਜ ਵੀ ਆ ਇਹ ਉਹਨਾਂ ਲੋਕਾਂ ਲਈ ਜਿਹੜੇ ਬੰਦੇ ਇਹ ਟਰੈਵਲ ਹਿਸਟਰੀ ਬਣਾਉਣਾ ਚਾਹੁੰਦੇ ਆ। ਅਗਰ ਗਰੁੱਪ ਦੀ ਸ਼ਕਲ 'ਚ ਜਾਣਗੇ, ਤੁਹਾਡਾ ਜਿਹੜਾ ਟੋਟਲ ਖਰਚਾ ਆਉਣਾ ਵਾ 5 ਲੱਖ ਤੋਂ ਵੀ ਤਕਰੀਬਨ 5 ਲੱਖ ਪਾਕਿਸਤਾਨੀ ਆ ਸਕਦਾ ਵਾ। ਅਤੇ ਦੋਸਤੋ, ਅਗਰ ਵੀਡੀਓ ਪਸੰਦ ਆਈ ਆ ਤਾਂ ਪਲੀਜ਼ ਇਹਨੂੰ ਲਾਈਕ ਜ਼ਰੂਰ ਕਰਨਾ, ਅਤੇ ਜਿਹੜੇ ਨਵੇਂ ਆਉਣ ਵਾਲੇ ਦੋਸਤ ਆ ਮੇਰੀ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਮੁਲਾਕਾਤ ਹੋਊਗੀ ਵੈਰੀ ਸੂਨ, ਆਪਣਾ ਖਿਆਲ ਰੱਖਿਓ, ਗੁੱਡ ਲੱਕ।